ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਸਾਡੇ ਨਾਲ ਹਨ ਸ਼੍ਰੋਮਣੀ ਗੁਰਦੁਆਰਾ ਪੰਦਕੁੜੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ। ਜਥੇਦਾਰ ਹਰਜਿੰਦਰ ਸਿੰਘ ਧਾਮੀ ਕਿਸੇ ਜਾਣ ਪਹਿਚਾਣ ਦੇ ਮਹਿਤਾਜ ਨਹੀਂ ਹੈ, ਸਿੱਖ ਪੰਥ ਦੇ ਜਾਣੇ ਪਹਿਚਾਣੇ ਚਿਹਰੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰ ਰਹੇ ਹੈ, ਔਰ ਇੱਕ ਗੱਲ ਮੈਂ ਉਹਨਾਂ ਬਾਰੇ ਜ਼ਰੂਰ ਕਹਾਂਗਾ ਕਿ ਆਪਣੇ ਆਪ 'ਚ ਸਾਦਗੀ ਦੀ ਮਿਸਾਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬਾ ਸਮਾਂ ਜਿਨ੍ਹਾਂ ਨੇ ਅਗਵਾਈ ਕੀਤੀ, ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਦੇ ਨਜ਼ਦੀਕੀ ਸਾਥੀ ਹੈ। ਇਹ ਕਿਹਾ ਜਾ ਸਕਦਾ ਕਿ ਜਥੇਦਾਰ ਧਾਮੀ, ਜਥੇਦਾਰ ਟੌੜਾ ਵੱਲੋਂ ਜਿਹੜੀਆਂ ਪੰਥਕ ਮਾਮਲਿਆਂ 'ਚ ਪਾਈਆਂ ਗਈਆਂ ਪੈੜਾਂ ਹੈ ਉਹਨਾਂ 'ਤੇ ਪਹਿਰੇਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹੈ। ਜਿਨ੍ਹਾਂ ਮੁੱਦਿਆਂ 'ਤੇ ਆਪਾਂ ਸਵਾਲ ਲਵਾਂਗੇ, ਪੰਜਾਬ ਦੇ ਹਿੱਤ ਨਾਲ ਜੁੜੇ ਹੋਏ ਮੁੱਦੇ ਹੈ, ਕੇਂਦਰ ਦੀਆਂ ਸਰਕਾਰਾਂ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਹੁਣ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਪੰਥ ਪ੍ਰਤੀ ਕਿਹੋ ਜਿਹਾ ਵਤੀਰਾ ਹੈ, ਇਹਨਾਂ ਮੁੱਦਿਆਂ 'ਤੇ ਲਵਾਂਗੇ ਸਵਾਲ। ਹਾਂ, ਇਹ ਗੱਲ ਵੀ ਜ਼ਰੂਰ ਹੈ, ਪਾਰਲੀਮੈਂਟ ਦੀਆਂ ਚੋਣਾਂ ਹੈ, ਪਾਰਲੀਮੈਂਟ ਦੀਆਂ ਚੋਣਾਂ ਦੇ ਚੱਲਦਿਆਂ ਕੇਂਦਰ ਦੀਆਂ ਤਿਰਾਂ ਵੱਖ ਵੱਖ ਕੌਮੀ ਪੱਧਰ ਦੀਆਂ ਜਿਹੜੀਆਂ ਤਿਰਾਂ, ਉਹਨਾਂ ਦਾ ਕੀ ਵਤੀਰਾ, ਪੰਜਾਬ ਸਰਕਾਰ ਦਾ ਪੰਥਕ ਮਾਮਲਿਆਂ ਬਾਰੇ ਕਿਹੋ ਜਿਹਾ ਵਤੀਰਾ, ਕਿਸਾਨੀ ਮੁੱਦਿਆਂ 'ਤੇ ਕਿਹੋ ਜਿਹਾ ਮਾਮਲਾ ਹੈ, ਇਹਨਾਂ ਸਾਰੇ ਮਾਮਲਿਆਂ 'ਤੇ ਆਪਾਂ ਧਾਮੀ ਜੀ ਤੋਂ ਸਵਾਲ ਲਵਾਂਗੇ। ਆਓ ਪਹਿਲਾਂ ਆਪਾਂ ਧਾਮੀ ਜੀ ਦਾ ਸਵਾਗਤ ਕਰਦੇ ਹਾਂ। ਧਾਮੀ ਸਾਹਿਬ, ਸਾਡੇ ਪੈਨਲ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਪਣੇ ਨਿਰਜੇਵਿਆਂ 'ਚੋਂ ਆਪਣਾ ਸਮਾਂ ਕੱਢਿਆ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ ਧਾਮੀ ਸਾਹਿਬ, ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਚਾਹੇ ਪਹਿਲਾਂ ਕੇਂਦਰ ਦੇ ਵਿੱਚ ਕਾਂਗਰਸ ਸਰਕਾਰਾਂ ਰਹੀਆਂ ਅਤੇ ਹੁਣ ਭਾਰਤੀ ਜਨਤਾ ਪਾਰਟੀ ਅਤੇ ਉਹਨਾਂ ਦੀ ਸਹਿਯੋਗੀ ਤਰ੍ਹਾਂ ਦੀ ਸਰਕਾਰ ਹੈ, ਅਕਸਰ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬਾਂ, ਧਾਰਮਿਕ ਜਥੇਬੰਦੀਆਂ ਨੂੰ ਇਹ ਵਾਰ ਵਾਰ ਮਾਮਲੇ ਉਠਾਉਣੇ ਪੈਂਦੇ ਹੈ ਕਿ ਘੱਟ ਗਿਣਤੀਆਂ, ਖਾਸ ਤੌਰ 'ਤੇ ਜਦੋਂ ਆਪਾਂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹਾਂ, ਉਹਨਾਂ ਦੇ ਵਾਜਬ ਮੁੱਦਿਆਂ 'ਤੇ ਧਿਆਨ ਕਿਉਂ ਨਹੀਂ ਦਿੰਦਾ, ਕਿਉਂ ਅਣਗੌਲਿਆ ਕੀਤਾ ਜਾਂਦਾ ਹੈ ਅਜਿਹੇ ਮਾਮਲਿਆਂ ਨੂੰ ਜਿਹੜੇ ਮੁੱਦੇ ਆਪਣੇ ਆਪ 'ਚ ਬੜੇ ਵਾਜਬ ਹੈ? ਦੇਖੋ, ਜਦ ਮੁਲਕ ਆਜ਼ਾਦ ਹੋਣ ਤੋਂ ਪਹਿਲਾਂ, ਜਦ ਇੱਥੇ ਗੋਰਿਆਂ ਦਾ ਰਾਜ ਸੀ, ਅੰਗਰੇਜ਼ਾਂ ਦਾ ਜੀ, ਉਹ ਸੀਗਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਅਤੇ ਦੂਸਰੇ ਤਖ਼ਤ ਸਾਹਿਬਾਨ ਜਿਨ੍ਹਾਂ ਤੋਂ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਆ ਉਹਨਾਂ ਦੇ ਸਿਧਾਂਤਾਂ ਨੂੰ ਢਾਉਣ ਲਈ ਆਪਣਾ ਯਤਨਸ਼ੀਲ ਰਹੀਆਂ। ਅੰਗਰੇਜ਼ਾਂ ਨੇ ਤਾਂ ਇੱਕ ਵਾਰੀ ਮੋਹਰੇ ਹਿਮਾਕਤ ਕਰਕੇ ਮੁੜ ਪਿੱਛੇ ਨੂੰ ਪੈਰ ਪਾ ਲਿਆ, ਅਤੇ ਸਮੇਂ ਦੇ ਅਨੁਕੂਲ ਫਿਰ ਹਾਣੀ ਬਣ ਲਈ ਉਹਨਾਂ ਨੇ ਸਿੱਖਾਂ ਦੇ ਨਾਲ ਸਮਝੌਤਾ ਕਰਕੇ ਸਿੱਖ ਗੁਰਦੁਆਰਾ ਐਕਟ, ਜਿਹਨੂੰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਕਹਿੰਦੇ, ਉਹ ਐਕਟ ਹੋਂਦ ਵਿੱਚ ਲਿਆਂਦਾ ਜੀ। ਐਕਟ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਫਿਰ ਜਦ ਇਹ ਮੁਲਕ ਆਜ਼ਾਦ ਹੋਇਆ, ਅਤੇ ਤਦ ਵੀ ਮੌਕੇ ਦੀਆਂ ਜਿਹੜੀਆਂ ਕਾਂਗਰਸ ਸਰਕਾਰਾਂ ਸੀ ਉਹਨਾਂ ਦਾ ਫੋਕਸ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਫਿਰ ਮੁੜ ਰਿਹਾ। ਇਹ ਵੀ ਉਹ ਕਾਰਨ ਆ ਕਿ 1955 ਦੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਜਾ ਕੇ ਫਿਰ ਪੁਲਿਸ ਦਾ ਚਾੜ੍ਹਨਾ, ਇਹ ਵੀ ਮੈਂ ਸਮਝਦਾ ਇੱਕ ਘਨੌਣੀ ਹਰਕਤ ਸੀ ਵੱਡੀ। ਉਦੋਂ ਬਾਅਦ ਲਗਾਤਾਰ, ਕਿਉਂਕਿ ਸਿੱਖਾਂ ਦਾ ਸਿਧਾਂਤ ਆ ਮੀਰੀ ਅਤੇ ਪੀਰੀ ਦਾ ਸਿਧਾਂਤ, ਅਸੀਂ ਧਰਮ ਤੋਂ ਸਿਧਾਂਤ ਦੂਸਰਿਆਂ ਨੂੰ ਜਿਹੜਾ ਉਹ ਪਾਉਂਦਾ ਨਹੀਂ, ਇਸ ਕਰਕੇ ਹਮੇਸ਼ਾ ਹੀ ਉਹ ਫੋਕਸ ਰੱਖਦੇ ਆ ਸਿੱਖ ਲੀਡਰਸ਼ਿਪ ਨੂੰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਅਸੀਂ ਘੱਟ ਗਿਣਤੀ ਹੋਣ ਦੇ ਬਾਵਜੂਦ, ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਵਾਂ, ਚਾਹੇ ਆਜ਼ਾਦੀ ਤੋਂ ਬਾਅਦ ਦੀ ਗੱਲ ਕਰ ਲਵਾਂ, ਚਾਹੇ ਪੰਜਾਬ ਦੇ ਵਿੱਚ ਤੁਸੀਂ ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਜਾਂ ਆਪਾਂ ਕਹਿ ਲਈਏ ਵੀ ਇਕਨੋਮਿਕ ਫੈਕਟਰ ਆ, ਉਹਦੇ ਵਿੱਚ ਸਿੱਖ ਜਿਹੜਾ ਬੰਦਾ ਸਮਾਜ ਦੇ ਵਿੱਚ ਕੱਦ ਕੱਢ ਕਰਕੇ ਮੋਹਰ ਨੂੰ ਜਾਂਦਾ, ਉਹਦਾ ਵਿਰੋਧ ਸ਼ੁਰੂ ਹੋ ਜਾਂਦਾ ਜੀ। ਪਰ
ਅੱਜ ਦੀਆਂ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਹੀ ਨਹੀਂ ਸਾਨੂੰ ਸਿਧਾਂਤਹੀਣ ਕਰਨ ਦਾ ਯਤਨ ਕੀਤਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹਦੂਦ ਦੇ ਵਿੱਚ ਹਰਿਆਣਾ ਕਮੇਟੀ ਆ, ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1973 ਤੋਂ ਬਾਅਦ ਲਗਾਤਾਰ ਵੱਖ ਵੱਖ ਸ਼੍ਰੋਮਣੀ ਅਕਾਲੀ ਉਹਨੂੰ ਅੱਜ ਫੇਰੂੰ ਫੇਰੂੰ ਕਰਦਾ, ਸਾਰੇ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ 'ਤੇ ਲੜੇ, ਪਰ ਉਹਨਾਂ ਨੂੰ ਅੱਜ ਸਰਕਾਰੀ ਸ਼ੈਲਟਰ ਲੈਣੀ ਪੈ ਗਈ। ਉਹ ਤੋਂ ਬਾਅਦ ਫਿਰ ਜਿਹੜਾ ਆਪਣੇ ਹਰਿਆਣੇ ਦੇ ਵਿੱਚ ਹੋਇਆ, ਇਹ ਵੀ ਮੈਂ ਸਮਝਦਾ ਕੋਈ ਘੱਟ ਨਹੀਂ ਗਾ, ਇਹ ਤਾਂ ਜਿੱਦਾਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਕਤੀ ਨੂੰ ਫੇਰੂੰ ਫੇਰੂੰ ਕਰ ਦਿੱਤਾ। ਅਤੇ ਉਸ ਤੋਂ ਬਾਅਦ ਫਿਰ ਹੁਣ ਮੌਜੂਦਾ ਦੇਖਦੇ ਤੁਸੀਂ, ਮਹਾਰਾਸ਼ਟਰ ਦੀ ਸਰਕਾਰ ਨੇ ਤਖ਼ਤ ਹਜ਼ੂਰ ਸਾਹਿਬ ਨੂੰ ਜਿਹੜਾ ਉੱਥੇ ਚੰਗਾ ਭਲਾ ਬੋਰਡ ਬਣਿਆ ਸੀ, ਉਸ ਬੋਰਡ 12 ਮੈਂਬਰ ਨੋਮੀਨੇਟ ਕਰਾਂਗੇ, ਜਿਹੜੇ ਇਲੈਕਟਡ ਮੈਂਬਰ ਆ ਉਹ ਸਿਰਫ 2 ਹੀ ਹੋਣਗੇ। ਸੋ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡੀ ਜਿਹੜੀ ਆ ਇਹ ਸਾਨੂੰ ਇਹਨਾਂ ਨੇ ਇੱਕ ਚੁਣੌਤੀ ਦਿੱਤੀ ਆ, ਅਤੇ ਪਰ ਸਿੱਖ ਪੰਥ ਹਮੇਸ਼ਾ ਚੁਣੌਤੀਆਂ ਨੂੰ ਕਬੂਲ ਕਰਦਾ ਰਿਹਾ। ਅਤੇ ਮੈਂ ਹੁਣ ਦੇਖਦਾ ਕੁਝ ਦਿਨਾਂ ਤੋਂ, ਅੱਜ ਮੈਂ ਅਖਬਾਰ ਵੀ ਦੇਖ ਰਿਹਾ ਸੀ ਕਿ ਕਾਂਗਰਸ ਤੋਂ ਇਲਾਵਾ ਜਿਹੜੀ BJP ਆ ਉਹ ਵੀ ਅੱਜ ਜਿਹੜੇ ਆਪਣੇ ਮਨੋਰਟੀਜ਼ ਕਮਿਊਨਿਟੀਜ਼ ਦੇ ਆ ਉਹਨਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਆ, ਅਤੇ ਇਹੋ ਜਿਹਾ ਇਹ ਬਿਆਨ ਪ੍ਰਾਈਮ ਮਿਨਿਸਟਰ ਸਾਹਿਬ ਦੇ ਰਹੇ ਆ ਜਿਹੜੇ ਮੈਂ ਸਮਝਦਾ ਪ੍ਰਾਈਮ ਮਿਨਿਸਟਰ ਲੈਵਲ ਦੇ ਬਿਲਕੁਲ ਨਹੀਂ ਗਏ। ਸੋ ਸਿੱਖਾਂ ਨੇ ਤਾਂ ਹਮੇਸ਼ਾ ਹੀ ਇਸ ਦੇਸ਼ ਲਈ ਵੀ ਯਤਨਸ਼ੀਲ ਰਹੇ ਆ, ਅਤੇ ਇਹ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਇਹਨੂੰ ਸਿਧਾਂਤਹੀਣ ਕਰਨ ਲਈ ਕਿ ਕਿਉਂਕਿ ਸਿੱਖਾਂ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਇਹ ਮੀਰੀ ਅਤੇ ਪੀਰੀ ਅਤੇ ਸੰਤ ਅਤੇ ਸਿਪਾਹੀ ਦਾ ਜਿਹੜਾ ਇਹ ਸਾਨੂੰ ਉਹ ਯਤਨ ਆ, ਅਤੇ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਅਤੇ ਅੱਜ ਦੀਆਂ ਅਤੇ ਹੁਣ ਬਿਲਕੁਲ ਹੀ। ਅਤੇ ਮੈਂ ਇੱਕ ਗੱਲ ਜਿਹੜੀ ਹੋਰ ਕਹਿਣੀ ਚਾਹੁੰਦਾ, ਜਿਹੜੀ ਆਪ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ, ਇਹਨੇ ਤਾਂ ਸਿੱਧੀ ਦਖਲਅੰਦਾਜ਼ੀ ਸ਼ੁਰੂ ਕਰਤੀ, ਅੱਜ ਤੱਕ ਕਿਸੇ ਨੇ ਇਹ ਕੀਤਾ ਨਹੀਂ ਸੀ ਕਿ ਇਹਦੇ ਵਿੱਚ ਕੋਈ ਅਮੈਂਡਮੈਂਟ ਜਾਂ ਇਹਨੂੰ ਸਟੇਟ ਐਕਟ ਬਣਾਇਆ ਜਾਵੇ, ਪਰ ਇਹਨਾਂ ਨੇ ਅੱਜ ਪੰਜਾਬ ਦੇ ਵਿੱਚ ਇੱਕ ਅਮੈਂਡਮੈਂਟ ਨਵੀਂ ਲਿਆ ਕੇ ਸਿੱਧੀ ਦਖਲਅੰਦਾਜ਼ੀ ਕੀਤੀ। ਉਹ ਤਾਂ ਚਲੋ ਹੁਣ ਆਪਣੇ ਗਵਰਨਰ ਸਾਹਿਬ ਨੇ ਪ੍ਰੈਜੀਡੈਂਟ ਕੋਲ ਭੇਜ ਦਿੱਤਾ, ਉਹ ਇਹਦਾ ਕਰਨਗੇ ਉਹਨੂੰ ਸੈਂਕਸ਼ਨ ਕਰਨਾ ਕਿ ਨਹੀਂ ਕਰਨਾ, ਪਰ ਮੇਰਾ ਕਹਿਣ ਤੋਂ ਭਾਵ ਕਿ ਇਹ ਆਪ ਵਾਲਿਆਂ ਨੇ ਤਾਂ ਫਿਰ ਬਿਲਕੁਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਂ ਸਮਝਦਾ ਮੇਨ ਸੋਰ ਉਹਨੂੰ ਹੱਥ ਪਾਇਆ। ਉਹਨਾਂ ਦਾ ਹਾਲ ਦੇਖੋ, ਸਟੇਟ ਪੱਧਰੀ ਪਾਰਟੀ ਵੀ ਨਹੀਂ ਰਹੀ, ਕਿਉਂਕਿ ਉਹਨਾਂ ਨੇ ਇਹੋ ਹੀ ਕੰਮ ਕੀਤਾ ਸੀ ਕਿ ਜਦੋਂ ਚਾਹੇ ਇੰਦਰਾ ਗਾਂਧੀ ਦਾ ਰਾਜ ਸੀ ਚਾਹੇ ਰਾਜੀਵ ਗਾਂਧੀ ਦਾ ਰਾਜ ਸੀ, ਉਹਨੇ ਮਨਿਓਰਟੀਜ਼ ਨੂੰ ਦਬਾਉਣ ਦਾ ਯਤਨ ਕੀਤਾ, ਜਿਹਦਾ ਰਿਜ਼ਲਟ ਇਹ ਨਿਕਲ ਗਿਆ 1977 ਦੇ ਵਿੱਚ ਇੰਦਰਾ ਗਾਂਧੀ ਨੂੰ ਰਾਜ ਨਾਰਾਇਣ ਨੇ ਹਰਾਇਆ ਸੀ, ਅਤੇ ਇਹਨਾਂ ਨੂੰ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸੀ, ਪਰ ਅੱਜ ਉਹ ਕਿਧਰੇ ਵੀ ਲੱਭਦੀ ਨਹੀਂ। ਅਤੇ ਉਹੋ ਹੀ ਪੈਟਰਨ ਹੁਣ ਜਿਹੜਾ ਆ ਮੌਕੇ ਦੀ ਸਰਕਾਰ ਨੇ ਸ਼ੁਰੂ ਕਰ ਦਿੱਤਾ, ਤਾਂ ਕਿ ਰਾਜ ਸੱਤਾ ਕਿਵੇਂ ਹਥਿਆਉਣੀ ਆ। ਅਤੇ ਮੈਂ ਸਮਝਦਾ ਚਲੋ ਰਾਜ ਸੱਤਾ ਹਥਿਆਉਣ ਲਈ ਹੋਰ ਢੰਗ ਤਰੀਕੇ ਬਹੁਤ ਆ, ਪਰ ਜੇ ਮਨਿਓਰਟੀ ਕਮਿਊਨਿਟੀ ਨੂੰ ਦਬਾਉਂਗੇ ਤਾਂ ਫਿਰ ਮੈਂ ਸਮਝਦਾ ਇਸ ਮੁਲਕ ਦਾ ਜਿਹੜਾ ਵਿਧਾਨ ਸਾਨੂੰ ਬਣਾ ਕੇ ਦਿੱਤਾ ਸੀ ਡਾਕਟਰ ਭੀਮਾ ਰਾਓ ਅੰਬੇਦਕਰ ਅਤੇ ਦੂਸਰੇ ਮੈਂਬਰ ਸਾਹਿਬਾਨਾਂ ਨੇ, ਉਹਦੀ ਵੀ ਇੱਕ ਤੋਹੀਨ ਆ। ਤਾਂ ਕਿ ਇੱਥੇ ਇਸ ਧਰਤੀ ਦੇ ਉੱਤੇ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਆ, ਹਰ ਇੱਕ ਨੂੰ ਆਪਣੇ ਜੀਵਨ ਦਾ ਅਧਿਕਾਰ ਆ, ਹਰ ਇੱਕ ਨੂੰ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਆ, ਫੰਡਾਮੈਂਟਲ ਰਾਈਟ ਜੀ ਜੀ। ਪਰ ਜੇ ਆਪਾਂ ਇੱਕ ਵੱਡੇ ਫਿਰਕੇ ਨੂੰ ਖੁਸ਼ ਕਰਨ ਲਈ ਛੋਟਿਆਂ ਨੂੰ ਕਰਸ਼ ਕਰੀਏ ਤਾਂ ਮੈਂ ਸਮਝਦਾ ਇਹ ਤਾਂ ਇੱਥੇ ਵੀ ਬੇਇਨਸਾਫੀ ਹੈ ਅਤੇ ਰੱਬ ਵੱਲੋਂ ਵੀ ਜੀ। ਪ੍ਰਧਾਨ ਸਾਹਿਬ, ਆਪਾਂ ਜਿੱਥੇ ਤੱਕ ਚੰਦ ਸਿੰਘ ਟੋੜਾ ਦਾ ਜ਼ਿਕਰ ਕੀਤਾ, ਜਦੋਂ ਪ੍ਰਧਾਨ ਹੁੰਦੇ ਸੀ ਤਾਂ ਅਕਸਰ ਜਿਹੜਾ ਹੈਗਾ ਕੇਂਦਰ ਦੀਆਂ ਸਰਕਾਰਾਂ ਨਾਲ ਬਹੁਤ ਸਾਰੇ ਮੁੱਦਿਆਂ 'ਤੇ SGPC ਦਾ ਟਕਰਾਅ ਜਾਂ ਲੜਾਈ ਰਹਿੰਦੀ ਸੀ। ਜਥੇਦਾਰ ਟੋੜਾ ਆਖਦੇ ਹੁੰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਇਸ ਨੂੰ ਕਮਜ਼ੋਰ ਕਰਨ ਲਈ ਜਾਂ ਖਤਮ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ। ਕੀ ਲੱਗਦਾ ਕਿ ਸਮੇਂ-ਸਮੇਂ 'ਤੇ ਜਿਹੜਾ ਹੁੰਦਾ ਰਿਹਾ ਇਸ ਤਰ੍ਹਾਂ ਦਾ ਵਰਤਾਰਾ, ਮੌਜੂਦਾ ਸਰਕਾਰ ਦੇ ਦ੍ਰਿਸ਼ਟੀਕੋਣ 'ਚ ਕੋਈ ਅੰਤਰ ਹੈ ਜਾਂ ਉਸੇ ਤਰੀਕੇ ਨਾਲ ਪਹਿਲਾਂ ਵੀ
ਇਹਨਾਂ ਨੂੰ ਕਮਜ਼ੋਰ ਕਰਨ ਦਾ ਹੀਲਾ ਕੀਤਾ ਜਾਂਦਾ ਰਿਹਾ। ਜਿੱਦਾਂ ਹਰਿਆਣਾ ਦੀ ਗੱਲ ਕਰਦੇ ਹਾਂ, ਦੂਜੇ ਸੂਬਿਆਂ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਮੈਂ ਸਵਾਲ ਇਹ ਲੈਣਾ ਚਾਹੁੰਦਾ ਕਿ SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਦੂਜੇ ਅਹਿਮ ਮੁੱਦਿਆਂ 'ਤੇ ਸਮਾਂ ਮੰਗਿਆ ਗਿਆ। ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ, ਨਵੀਂ ਸਰਕਾਰ ਕਿਹੜੀ ਆਉਂਦੀ ਹੈ, ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ, ਪਰ ਉਹ ਸਮਾਂ ਤੱਕ ਨਹੀਂ ਮਿਲਣ ਦਿੱਤਾ। ਇਸ ਦ੍ਰਿਸ਼ਟੀਕੋਣ ਨੂੰ ਕਿਵੇਂ ਦੇਖਦੇ ਹੋ ਪ੍ਰਧਾਨ ਸਾਹਿਬ? ਦੇਖੋ, ਮੈਂ ਸਮਝਦਾ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ, ਬਹੁਤ ਸਿਆਣੇ ਸੀ, ਉਹਨਾਂ ਨੇ ਸੋਚਿਆ ਸੀ ਵੀ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕਿਸੇ ਵੇਲੇ ਵੀ ਸਰਕਾਰਾਂ ਦਖਲਅੰਦਾਜ਼ੀ ਕਰ ਸਕਦੀਆਂ। ਉਹਨਾਂ ਨੇ ਇੱਕ ਇਹਦਾ ਸਿਸਟਮ ਲਾਗੂ ਕਰ ਦਿੱਤਾ ਕਿ ਜਿਲ੍ਹੇ ਵੀ ਕੋਈ ਮਤਾ ਜਾਂ ਇਹਦੇ ਪਾਰਲੀਮੈਂਟ ਦੇ ਵਿੱਚ ਕੋਈ ਬਣਾਉਣਾ ਐਕਟ, ਐਕਟ ਦੇ ਵਿੱਚ ਸੋਧ ਹੋਣੀ ਆ ਜਾਂ ਅਮੈਂਡਮੈਂਟ ਕਰਨੀ ਆ, ਅਤੇ ਪਹਿਲਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ 2/3 ਮਤਾ ਪਾ ਕੇ ਸੈਂਟਰ ਨੂੰ ਭੇਜੂਗਾ, ਅਤੇ ਸੈਂਟਰ ਨੋਟੀਫਿਕੇਸ਼ਨ ਨਹੀਂ ਕਰ ਸਕਦੀ, ਪਾਰਲੀਮੈਂਟ ਦੇ ਵਿੱਚ ਜਾਊਗਾ। ਅਤੇ ਅੱਜ ਮੈਂ ਸਮਝਦਾ ਹਾਂ ਉਹ ਸਾਰੇ ਗੱਲਾਂ ਇੱਕ ਪਾਸੇ ਰੱਖ ਕੇ ਆਪ ਦੀ ਸਰਕਾਰ ਨੇ ਵੀ ਅਤੇ ਉਹ ਸੈਂਟਰ ਦੀ ਸਰਕਾਰ ਨੇ ਵੀ, ਜਿਹਦਾ ਹੱਕ ਬਣਦਾ ਸੀ, ਜਿਹਦਾ ਫਰਜ਼ ਬਣਦਾ ਸੀ ਕਿ ਸੈਂਟਰ ਇਲੈਕਟਰ ਸੀ ਤਾਂ ਇਹਦੀ ਆਪਣੇ ਰੱਖਿਆ ਕਰਦੇ, ਪਰ ਰੱਖਿਆ ਨਹੀਂ ਕੀਤੀ ਆਪਣੇ ਸਹੁਰੇ ਸਿਆਸੀ ਹਿੱਤਾਂ ਦੇ ਲਈ, ਉਹਦਾ ਬਹੁਤ ਵੱਡਾ ਨੁਕਸਾਨ ਕਰਤਾ। ਹੁਣ ਮੈਂ ਇੱਥੇ ਸਵਾਲ ਇੱਕ ਸਾਰਿਆਂ ਨੂੰ ਮੇਰੇ ਸਾਂਝਾ ਹੀ ਆ, ਕਿਉਂਕਿ ਸਿੱਖ ਕੌਮ ਦਾ ਸਵਾਲ ਆ। ਮੈਂ ਕੱਲ੍ਹ ਸਰਦਾਰ ਗੁਰਦੀਪ ਸਿੰਘ ਖੈੜਾ, ਜਿਹਨੂੰ 34ਵਾਂ ਸਾਲ ਜੇਲ੍ਹ 'ਚ ਸ਼ੁਰੂ ਹੋ ਗਿਆ, ਤਾਂ ਮੈਨੂੰ ਕੱਲ੍ਹ ਸਵੇਰੇ ਉਹਨਾਂ ਦਾ ਟੈਲੀਫੋਨ ਆਇਆ ਜੀ ਵੀ ਮੇਰੀ ਪਰੋਲ ਮੁੱਕ ਗਈ, ਮੈਂ ਜਾ ਰਿਹਾ ਵਾਪਸ। ਅਤੇ ਮੈਂ ਸਮਝਦਾ 34 ਸਾਲ ਕਿਹੜੀ ਧਰਤੀ ਦਾ ਕਾਨੂੰਨ ਆ ਵੀ ਜਿਹੜਾ ਬੰਦਾ ਇੱਕ ਉਮਰ ਕੈਦ ਕੱਟ ਚੁੱਕਾ ਅਤੇ ਫਿਰ ਉਹਨੂੰ ਕਰਨਾਟਕੇ ਦੇ ਕੇਸ ਦੇ ਵਿੱਚੋਂ ਵੀ ਉਹ ਜਿਹੜੀ ਆ ਸਜ਼ਾ ਪੂਰੀ ਕਰ ਚੁੱਕਾ, ਅਤੇ ਫਿਰ ਉਹਨੂੰ ਕਿਹੜੀ ਧਰਤੀ 'ਤੇ ਰੱਖਿਆ ਜਾ ਰਿਹਾ? ਅਤੇ ਜੇ ਦਵਿੰਦਰਪਾਲ ਸਿੰਘ ਭੁੱਲ ਰਿਹਾ, 3 ਵਾਰੀ ਇਹਦੀ ਫਾਈਲ ਗਈ ਕੇਜਰੀਵਾਲ ਸਾਹਿਬ ਕੋਲ, ਅਤੇ ਉਹਨਾਂ ਨੇ 3 ਵਾਰੀ ਉਹ ਪੈਂਡਿੰਗ ਕਰਕੇ ਹੁਣ 4ਵੀਂ ਵਾਰੀ ਰਿਐਕਟ ਕਰ ਦਿੱਤੀ। ਅਤੇ ਦੇਸ਼ ਦੇ ਜਿਹੜੇ ਇਹ ਹੈਗੇ ਕਾਨੂੰਨਦਾਨ ਜਾਂ ਮੈਂ ਸਮਝਦਾ ਜਿਹੜੇ ਦੇਸ਼ ਦੇ ਇਹ ਸ਼ਾਸਕ ਆ, ਇਹ ਤਾਂ ਗੱਲ ਕਲੀਅਰ ਕਰਨ ਵੀ ਇਹ ਸਿੱਖਾਂ ਲਈ ਕੋਈ ਕਾਨੂੰਨ ਵੱਖਰਾ ਆ, ਵੀ ਜੇ ਬਾਕੀ 20 ਸਾਲ ਤੋਂ ਬਾਅਦ ਆ ਸਕਦੇ ਆ ਤਾਂ ਇਹ ਦੁੱਗਣੀ ਦੁੱਗਣੀ ਸਜ਼ਾ ਕੱਟ ਹੋ ਗਈ, ਅਤੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਵੀ ਆ। ਅਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਤੋਂ ਹੀ ਟੌੜਾ ਸਾਹਿਬ ਦਾ, ਕਿਉਂਕਿ ਹਮੇਸ਼ਾ ਹੀ ਉਹ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਿ ਮੇਰੇ ਤੋਂ ਨਫ਼ਰਤ ਕਿਉਂ ਖਾਂਦੀ ਸੈਂਟਰ ਸਰਕਾਰ, ਉਹ ਕਹਿੰਦੇ ਹੁੰਦੇ ਸੀ ਮੈਂ ਸੈਂਟਰ ਸਰਕਾਰ ਦੀ ਆਉਣ ਵਾਲੀ ਜਿਹੜੀ ਸਿੱਖਾਂ ਵਿੱਚ ਘੁਸਪੈਠ ਕਰਨ ਵਾਲੀ ਐਪਰੀਹੈਂਸ਼ਨ ਉਹਨੂੰ ਪਹਿਲਾਂ ਜ਼ਾਹਰ ਕਰ ਦਿੰਦਾ। ਅਤੇ ਮੈਂ ਸਮਝਦਾ ਫਿਰ ਹੁਣ ਜਦੋਂ ਜ਼ਾਹਰ ਕਰਦੀ ਆ ਟਾਈਮ ਮੰਗਦੀ, ਜੇ ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਟਾਈਮ ਸਰਕਾਰਾਂ ਦੇਣ ਨੂੰ ਤਿਆਰ ਨਹੀਂ ਗਈਆਂ, ਜਿਹੜੀ ਕੌਨਸਟੀਟਿਊਸ਼ਨਲ ਇਲੈਕਟਡ ਬਾਡੀ ਆ। ਅਤੇ ਇਹ ਤੋਂ ਸਮਝ ਆ ਜਾਂਦੀ ਆ ਵੀ ਇਹਨਾਂ ਦੀ ਪਿੱਛੇ ਭਾਵਨਾ ਕੀ ਆ। ਭਾਵਨਾ ਸਿਰਫ ਇੱਕ ਫਿਰਕੇ ਨੂੰ ਖੁਸ਼ ਕਰਨ ਦੀ ਆ ਕਿ ਸਿੱਖ ਜਿਹੜੇ ਬੰਦੀ ਵਿਚਾਰੇ ਅੰਦਰ ਬੈਠੇ ਆ ਉਹ ਬੈਠੇ ਰਹਿਣ। ਸੋ ਇਹ ਮੈਂ ਸਮਝਦਾ ਇੱਕ ਵੱਡੀ ਵੱਡੀ ਇਨਜਸਟਿਸ ਆ। ਇਹ ਤਾਂ ਇੰਟਰਨੈਸ਼ਨਲ ਪੱਧਰ 'ਤੇ ਵੀ ਸਾਡੇ ਨਾਲ ਇਨਜਸਟਿਸ ਆ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਜਿਹੜੇ ਵਿਚਾਰੇ ਹਾਲੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਵਿਚਾਰੇ ਸਾਡੇ ਬੈਠੇ ਆ। ਅਤੇ ਭਾਈ ਰਾਜੋਵਾਣਾ ਜਿਹੜਾ ਮੈਂ ਤਾਂ ਕਈ ਵਾਰੀ ਮੈਨੂੰ ਮਨ 'ਚ ਆਉਂਦੀ ਆ ਕਿ ਜੇ ਨੋਟੀਫਿਕੇਸ਼ਨਾਂ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ 'ਤੇ ਫਿਰ ਝੂਠ ਬੋਲਣਾ, ਉਹਨੂੰ ਲਾਗੂ ਨਾ ਕਰਨਾ, ਅਤੇ ਫਿਰ ਇਹ ਕਿੱਡੀ ਕੁ ਵੱਡੀ ਸੋਨਮਗਤੀ ਆ ਕਿ ਭਾਈ ਰਾਜੋਵਾਣਾ 18 ਸਾਲਾਂ ਦਾ ਇੱਕ ਜੇਲ੍ਹ ਦੀ ਆਪਣੇ ਉਹ ਜਿੱਥੇ ਆਪਾਂ ਡੈਥ ਸੈੱਲ ਕਹਿ ਲਈ ਦਾ ਉਸ ਬੈਰਕ ਦੇ ਵਿੱਚ ਬੈਠੇ ਆ। ਸੋ ਸਰਕਾਰਾਂ ਤਾਂ ਮੇਰਾ ਖਿਆਲ ਹੈ ਆਪਣੇ ਰੂਹ ਪਾ ਕੇ ਕੰਨਾਂ ਦੇ ਵਿੱਚ ਬੈਠੀਆਂ, ਸ਼ਾਇਦ ਇਹ ਗੱਲ ਦੀ ਤਾਂਘ ਦੇ ਵਿੱਚ ਆ ਵੀ ਸ਼ਾਇਦ ਸਾਡਾ ਇੱਦਾਂ ਕਰ ਕਰਕੇ ਆਹ ਜਿਹੜੀ ਹੁਣ ਆ ਗਈ ਆ 24 ਦੀ ਇਲੈਕਸ਼ਨ, ਇਹਦੇ ਵਿੱਚ ਵੀ ਜਿਹੜਾ ਆ ਸਾਡਾ ਜਿਹੜਾ ਕਹਿ ਲਓ ਵੀ ਥੋੜ੍ਹੇ ਸਿਆਸੀ ਹਿੱਤ ਜਿਹੜੇ ਉਹਨਾਂ ਦੀ ਪੂਰਤੀ ਹੋ ਜਾਊਗੀ। ਪ੍ਰਧਾਨ ਸਾਹਿਬ, 24 ਦੀ ਇਲੈਕਸ਼ਨ ਦੀ ਗੱਲ ਕਰਦੇ ਹਾਂ, ਸਿਆਸੀ ਹਿੱਤਾਂ ਦੀ ਪੂਰਤੀ ਦੀ ਗੱਲ ਕਰਦੇ, ਦੇਖੋ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੂਜੇ ਦੇ ਪੂਰਕ ਹੈਗੇ ਆ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜੇ ਆਪਾਂ ਜ਼ਿਕਰ ਕਰਦੇ ਹਾਂ, ਜਿਸ ਕਦਰ ਜਿਹੜਾ ਹੈਗਾ ਨੈਸ਼ਨਲ ਪਾਰਟੀਆਂ ਵੱਲੋਂ ਖਾਸ ਤੌਰ 'ਤੇ ਭਾਜਪਾ ਦਾ ਜ਼ਿਕਰ ਕਰੀਏ,
ਅਤੇ ਕਈ ਟਕਸਾਲੀ ਪਰਿਵਾਰ ਜਾਂ ਟਕਸਾਲੀ ਅਕਾਲੀ ਆਗੂ ਉਹਨਾਂ ਨੂੰ ਭਾਜਪਾ ਜੁਆਇਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕੋਸ਼ਿਸ਼ ਹੋਈ, ਸਫਲ ਵੀ ਹੋਈ ਹੈ। ਕੀ ਲੱਗਦਾ ਕਿ ਅਕਾਲੀ ਦਲ ਨੂੰ ਖੁਰਾ ਲਾਉਣ ਦਾ ਮੰਤਵ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਜਾਂ ਖੇਤਰੀ ਪਾਰਟੀ, ਇਸ ਨੂੰ ਕਮਜ਼ੋਰ ਕੀਤਾ ਜਾਵੇ ਨਹੀਂ ਤਾਂ ਪਿਛਲੱਗ ਬਣਾਇਆ ਜਾਵੇ? ਦੇਖੋ, ਜਿਹੜੀ ਭਾਜਪਾ ਅੱਜ ਕੁੱਦ ਕੁੱਦ ਕੇ ਚੀਕ ਚੀਕ ਕੇ ਕਹਿ ਰਹੀ 400 ਤੋਂ ਪਾਰ, ਅਤੇ ਮੈਂ ਸਮਝਦਾ ਜਿਹੜੇ 400 ਤੋਂ ਪਾਰ ਕਹਿਣ ਵਾਲੇ ਅਤੇ 10 ਸਾਲ ਜਿਨ੍ਹਾਂ ਨੂੰ ਰਾਜ ਸੱਤਾ ਵਿੱਚ ਹੋ ਗਏ, ਅਤੇ ਪੰਜਾਬ ਦੇ ਵਿੱਚ ਹਾਲ ਦੇਖੋ ਵੀ 13 ਸੀਟਾਂ ਦੇ ਉੱਤੇ ਕੈਂਡੀਡੇਟ ਨਹੀਂ ਲੱਭ ਰਹੇ। ਔਰ ਮੈਂ ਭਾਜਪਾ ਦੇ ਵੱਡੇ ਲੀਡਰਾਂ ਨਾਲ ਵੀ ਮੇਰਾ ਸੰਪਰਕ ਹੁੰਦਾ ਰਹਿੰਦਾ, ਸਾਰੇ ਮਜੂਸਤਾ ਦੇ ਆਲਮ ਦੇ ਵਿੱਚ ਆ ਵੀ ਪਾਰਟੀ 'ਚ ਫਿਰ ਕੰਮ ਕੀ ਕਰਨਾ ਜੇ ਬਾਹਰੋਂ ਸਾਰੇ ਆ ਜਾਣੇ। ਅੱਜ ਇਹਨਾਂ ਦੀ ਪਾਰਟੀ ਦਾ ਪ੍ਰਧਾਨ ਉਹ ਵੀ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ, ਅੱਜ ਸਾਬਕਾ ਮੁੱਖ ਮੰਤਰੀ ਜਿਹੜੇ ਉਹਨਾਂ ਦੇ ਘਰੋਂ ਜਿਹੜੀ ਆ ਉਹ ਪਟਿਆਲੇ ਤੋਂ ਇਲੈਕਸ਼ਨ ਲੜ ਰਹੀ ਆ। ਇਹਨਾਂ ਦੇ ਮੰਨ ਲਓ ਜਿੰਨੇ ਵੀ ਤੁਸੀਂ ਕੈਂਡੀਡੇਟ ਦੇਖ ਰਹੇ ਹੋ ਉਹ ਸਾਰੇ ਦੇ ਸਾਰੇ ਪਾਰਟੀਆਂ ਤੋਂ ਬਾਹਰ ਲਿਆਂਦੇ ਗਏ, ਅਤੇ ਫਿਰ ਜੇ 400 ਤੋਂ ਪਾਰ ਦਾ ਇਹਨਾਂ ਨੂੰ ਕੋਈ ਖਾਦਸਾ ਨਹੀਂ ਗਾ ਤਾਂ ਫਿਰ ਮੈਂ ਸਮਝਦਾ ਆਪਣਾ ਕੈਡਰ ਲਿਆ ਕੇ ਇੱਥੇ ਲੜਾਉਂਦੇ। ਇਹ ਸਿਰਫ ਇੱਕ ਚਿਹਰੇ ਜਿਹੜੇ ਸਿੱਖ ਚਿਹਰਿਆਂ ਨੂੰ ਪ੍ਰੋਟੈਕਟ ਕਰ ਰਹੇ ਆ ਇਹ ਦਰਸਾਉਣ ਨੂੰ ਕਿ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਵਰਚੁਅਲੀ ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਫੋਰਾ ਲਾਉਣ ਲਈ ਯਤਨ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੇ ਸਾਰੇ ਇੰਡੀਆ ਪੱਧਰ 'ਤੇ ਮੈਂ ਜ਼ਿਲ੍ਹੇ 'ਚ ਹਾਤ ਮਾਰਦਾ, ਬਹੁਤ ਸਾਰੀਆਂ ਮਨੋਰਟੀ ਦੇ ਵਿੱਚ ਜਿਹੜੀਆਂ ਆਪਣੇ ਸਟੇਟ ਪੱਧਰੀ ਪਾਰਟੀਆਂ ਸੀਗੀਆਂ ਜਿਹੜੀਆਂ ਉਹ ਆਪਣੇ ਸਟੇਟਾਂ ਨੂੰ ਪ੍ਰੋਟੈਕਟ ਕਰਦੀਆਂ, ਉਹਨਾਂ ਨੂੰ ਤਕਰੀਬਨ ਲਗਭਗ ਇਹਨਾਂ ਨੇ ਕੰਢੇ 'ਤੇ ਕੰਗਾ ਮੈਂ ਕਹਿ ਲਈਏ ਵੀ ਖਾਤਮੇ ਦੇ ਕੰਢੇ 'ਤੇ ਲਿਜਾ ਦਿੱਤਾ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਯਤਨਸ਼ੀਲ ਹੋਏ, ਪਰ ਮੈਂ ਕਹਿ ਸਕਦਾ ਬੜੀ ਫਰਾਕ ਦਿੱਲੀ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਕੜੇ ਹੋ ਕੇ ਇੱਕ ਸਟੈਂਡ ਲਿਆ ਜਿਹੜਾ ਸਾਡਾ ਮੈਂ ਸਮਝਦਾ ਪਿਛੋਕੜ ਵੀ ਸਾਡਾ ਇਹੋ ਰਿਹਾ। ਅਤੇ ਇਹ ਜਿਹੜੀ ਚੁਣੌਤੀ ਸੀ ਬੜੀ ਵੱਡੀ, ਕੀ ਚੁਣੌਤੀ ਸੀ, ਇਹ ਜਿੱਦਣ ਬੈਠ ਕੇ ਸਾਰੀਆਂ ਗੱਲਾਂ ਹੋਈਆਂ ਵੀ ਉਦਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ 4-5-6 ਘੰਟੇ ਲਗਾਤਾਰ ਮੀਟਿੰਗ ਕੀਤੀ, ਹਰ ਇੱਕ ਨੇ ਆਪਣੇ ਵਿਊ ਰੱਖੇ ਕਿ ਜੇ ਉਦੋਂ ਕਿਉਂਕਿ ਸੈਂਟਰ ਵੱਲੋਂ ਆਪਣੇ ਸਮਝੌਤਾ ਕਰਨ ਨੂੰ ਤਿਆਰ ਆ, ਉੱਥੇ ਕਿਹੜੀਆਂ ਗੱਲਾਂ ਤੇ ਕੀ ਅਨਕੰਡੀਸ਼ਨਲ ਇਹੋ ਜਿਹਾ ਜਾਂ ਸੀਟਾਂ ਦੀ ਐਡਜਸਟਮੈਂਟ ਇਹੋ ਜਿਹਾ, ਤੇ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ ਕਿ ਹੁਣ ਕੋਈ ਸਮਝੌਤਾ ਨਹੀਂ, ਹਾਂ ਬੰਦੀ ਸਿੰਘ ਰਿਹਾ ਕਰੋ, ਹਰਿਆਣਾ ਕਮੇਟੀ ਜਿਹੜੀ ਨੂੰ ਮੁੜ ਕੇ ਰੜੇਵਾ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਤੇ ਨਾਲ ਜਿਹੜੇ ਸਾਡੇ ਕਿਸਾਨੀ ਮੁੱਦੇ ਆ ਉਹ ਕਿਸਾਨੀ ਮੁੱਦਿਆਂ ਦੀ ਤੁਰੰਤ ਕਮੇਟੀ ਬਣਾ ਕੇ ਇੰਸ਼ੋਰੈਂਸ ਦਿਓ, ਉਹ ਤੋਂ ਇਲਾਵਾ ਜਿਹੜਾ ਸਾਡਾ ਹਜ਼ੂਰ ਸਾਹਿਬ ਦਾ ਬੋਰਡ ਆ ਉਹਦੀ ਰਿਵਾਈਵਲ ਕੀਤੀ ਜਾਵੇ। ਜੇ ਇਹ ਗੱਲਾਂ ਕਰਨ ਨੂੰ ਤਿਆਰ ਆ ਤੇ ਫਿਰ ਕੁਝ ਸੋਚਿਆ ਜਾ ਸਕਦਾ, ਪਰ ਸਿੱਖ ਲੀਡਰਸ਼ਿਪ ਸਾਰੀ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਫੈਸਲਾ ਲਿਆ ਵੀ ਨਹੀਂ, ਹੁਣ ਰਾਜ ਸੱਤਾ ਦੀ ਪ੍ਰਾਪਤੀ ਲਈ ਸਿੱਖ ਸਿਧਾਂਤਾਂ ਨੂੰ ਆਪਾਂ ਅੱਖੋਂ ਪਰੋਖੇ ਨਾ ਕਰੀਏ। ਇਹੋ ਕਾਰਨ ਆ ਕਿ ਇਹਨਾਂ ਨੇ ਯਤਨ ਬਹੁਤ ਕੀਤਾ, ਪਰ ਅੱਜ ਜਿਹੜਾ ਪੰਜਾਬ ਦੇ ਵਿੱਚ 13 ਸੀਟਾਂ 'ਤੇ ਮੈਂ ਸਮਝਦਾ BJP ਨੇ ਜਿਹੜੇ ਕੈਂਡੀਡੇਟ ਬਾਹਰਲੀਆਂ ਪਾਰਟੀਆਂ 'ਚੋਂ ਚੱਕ ਕੇ ਲਿਆਉਂਦੇ ਆ ਜੀ, ਇਹਨਾਂ ਦਾ ਦਿਵਾਲੀਏਪਨ ਦਾ ਪੰਜਾਬ ਦੇ ਵਿੱਚ ਉਹ ਸਾਹਮਣੇ ਸਾਰਿਆਂ ਨੂੰ ਨਜ਼ਰ ਆ ਰਿਹਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਆਪਣੀ ਆਜ਼ਾਦਾਨਾ ਹਸਤੀ ਅਤੇ ਜਿਹੜੇ ਸਿਧਾਂਤ ਆ ਉਹਨਾਂ 'ਤੇ ਪਹਿਰੇਦਾਰੀ ਕੀਤੀ ਜਾਏਗੀ। ਆਉਣ ਵਾਲੇ ਸਮੇਂ 'ਚ ਤਵੱਕੋ ਕੀਤੀ ਜਾ ਸਕਦੀ ਹੈ ਕਿ ਜਿਹੜੇ ਸਿੱਖ ਪੰਥ ਨਾਲ ਜੁੜੇ ਹੋਏ ਮੁੱਦੇ ਮਾਮਲੇ ਹੈ, ਪੰਜਾਬ ਦੇ ਵੱਡੇ ਹਿੱਤਾਂ ਵਾਲੇ ਮਾਮਲੇ ਹੈ, ਅਕਾਲੀ ਦਲ ਉਹਦੀ ਪਹਿਰੇਦਾਰੀ ਕਰੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਹਮੇਸ਼ਾ ਹੀ ਪਹਿਰੇਦਾਰੀ ਕਰਦੀ ਰਹੀ ਆ ਪਹਿਲਾਂ ਵੀ। ਮੈਂ ਕਹਿ ਸਕਦਾ ਆਪਣੇ ਤੌਰ 'ਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਫਰਕ ਨਹੀਂ ਗਾ। ਫਰਕ ਸਿਰਫ ਇੰਨਾ ਹੀ ਆ ਕਿ ਇਹ ਇਲੈਕਟਡ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਦਾ ਪ੍ਰਬੰਧ ਅਤੇ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਦੇਖਦੇ ਸਰਕਾਰ ਦਾ ਕੰਮ ਆਉਂਦਾ, ਸਮੁੱਚੇ ਪੰਜਾਬ ਦਾ ਕੰਮ ਦੇਖਣਾ।
ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਇੱਕ ਪੰਥਕ ਪਾਰਟੀ ਆ, ਇਹਦੀ ਹੋਂਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਹੋਈ ਸੀ ਅਤੇ ਇਹ ਬਿਲਕੁਲ ਆਪਣੇ ਸਿਆਸੀ ਹਿੱਤਾਂ ਦੇ ਉੱਤੇ ਪੰਜਾਬ ਦੇ ਜਿਹੜੇ ਪੰਥਕ ਮੁੱਦੇ ਆ ਉਹਨਾਂ 'ਤੇ ਬਿਲਕੁਲ ਕੋਈ ਸਮਝੌਤਾ ਨਹੀਂ ਕਰੂਗੀ। ਕੁਛ ਸਮਾਂ ਕਿਉਂਕਿ ਤੇਜ਼ੀ ਨਾਲ ਚੇਂਜ ਹੋ ਰਿਹਾ, ਮੈਂ ਵੀ ਆਪ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਜਾਂਦਾ ਹਾਂ ਅਤੇ ਕੋਈ ਕਿਸੇ ਢੰਗ ਦੇ ਨਾਲ ਵੀ ਸਿਆਸੀ ਹਿੱਤਾਂ ਨੂੰ ਕੁਰਬਾਨੀ ਦੇ ਕੇ ਜਿਹੜਾ ਕਿਸੇ ਨਾਲ ਵੀ ਕੋਈ ਇੱਦਾਂ ਦੀ ਗੱਲ ਨਹੀਂ ਕੀਤੀ। ਪ੍ਰਧਾਨ ਸਾਹਿਬ, ਇਹ ਲੱਗਦਾ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਧੜੇ ਜਾਂ ਲੀਡਰਸ਼ਿਪ ਹੈਗੀ ਹੈ, ਉਹਨਾਂ ਬਾਰੇ ਕੀ ਮਹਿਸੂਸ ਕਰਦੇ ਹੋ ਕਿ ਇਹੋ ਜਿਹੇ ਸੰਕਟ ਦੇ ਵੇਲੇ 'ਚ ਸਿਰ ਜੋੜ ਕੇ ਬੈਠ ਕੇ ਪੰਥਕ ਮੁੱਦਿਆਂ 'ਤੇ ਇਕੱਠੇ ਚੱਲਣ ਦੀ ਜ਼ਰੂਰਤ ਹੈ? ਮੈਂ ਪਹਿਲਾਂ ਵੀ ਬਹੁਤ ਲੰਬੇ ਅਰਸੇ ਤੋਂ ਕਹਿ ਰਿਹਾ, ਮੈਂ ਅਕਸਰ ਜ਼ਿਲ੍ਹੇ ਕਿਤੇ ਬੋਲਦਾ ਵੀ ਹਾਂ ਤਦ ਵੀ ਮੇਰਾ ਇਹੋ ਫੋਕਸ ਹੁੰਦਾ ਕਿ ਜੇ ਆਪਾਂ ਅੱਜ ਕਹਿੰਦੇ ਹਾਂ ਵੀ ਜੀ ਬੰਦੀ ਸਿੱਖਾਂ ਲਈ ਸਾਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ, ਲਓ ਅੱਜ ਸਿੱਖ ਪੰਥ ਇਕੱਠਾ ਹੋ ਜਾਏ ਅਤੇ ਇਹ ਬੰਦੀ ਸਿੰਘਾਂ ਦੇ ਮੁੱਦੇ ਤੁਹਾਡੇ ਕੋਲ ਅਕਾਲ ਤਖ਼ਤ 'ਤੇ ਆ ਕੇ ਫੈਸਲੇ ਕਰਨਗੇ ਵੀ ਅਸੀਂ ਕਰਨ ਨੂੰ ਤਿਆਰ ਹਾਂ। ਇਹ ਅਸਲ ਇੱਕ ਮੈਂ ਸਮਝਦਾ ਲੰਮੇ ਸਮੇਂ ਦੇ ਵਿੱਚ ਇੱਕ ਥੋੜ੍ਹਾ ਗੈਪ ਪੈ ਗਿਆ, ਪਰ ਮੈਨੂੰ ਹੁਣ ਖੁਸ਼ੀ ਆ ਕਿ ਬਹੁਤ ਸਾਰੇ ਪੰਥ ਦੇ ਜਿਹੜੇ ਪੁਰਾਣੇ ਪਿਛੋਕੜ ਵਾਲੇ ਅਕਾਲੀ ਜਿਹੜੇ 82 ਤੋਂ ਪਹਿਲਾਂ ਵੀ ਜੇਲ੍ਹਾਂ 'ਚ ਜਾਂਦੇ ਰਹੇ ਉਹ ਅੱਜ ਉਮੜ ਕੇ ਸਾਹਮਣੇ ਆ ਰਹੇ ਆ। ਮੈਂ ਆਪਦੇ ਹਲਕੇ ਸ਼੍ਰੋਮਣੀ ਆਪਣੇ ਸ਼ਾਮ ਚੁਰਾਸੀ ਹਲਕੇ 'ਚ ਮੀਟਿੰਗ ਕੀਤੀ, ਮੈਨੂੰ ਉਹ ਚਿਹਰੇ ਮਿਲੇ ਜਿਹੜੇ 82 ਤੋਂ ਪਹਿਲਾਂ ਜੇਲ੍ਹਾਂ 'ਚ ਰਹੇ ਆ ਜੀ। ਮੈਂ ਕੱਲ੍ਹ ਸ਼੍ਰੀ ਹਰਗੋਬਿੰਦਪੁਰ ਗਿਆ ਆਇਆ ਸੀ, ਉੱਥੇ ਮੈਨੂੰ ਉਹ ਚਿਹਰੇ ਦਿਸੇ ਜਿਹੜੇ ਚਿਹਰੇ 82 ਤੋਂ 78 ਤੋਂ ਜਿਨ੍ਹਾਂ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧਰਮਜੋਤ ਮੋਰਚੇ ਹੋਏ ਸਾਰਿਆਂ ਮੋਰਚਿਆਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਮੈਨੂੰ ਇਹ ਆਸ ਬੱਝੀ ਆ ਕਿ ਜਿਸ ਢੰਗ ਦੇ ਨਾਲ ਪੰਥ ਖਾਲਸਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਿਧਾਂਤ ਦੇ ਨਾਲ ਜ਼ਿਆਦਾ ਅਸੀਂ ਉਹਨਾਂ ਨਾਲ ਤੋੜ ਵਿਛੋੜਾ ਕੀਤਾ, ਲੋਕਾਂ 'ਚ ਚਾਅ ਆ, ਵਰਕਰ ਉਤਸ਼ਾਹਿਤ ਆ ਅਤੇ ਵੱਡੀ ਪ੍ਰਾਪਤੀ ਦੀ ਇੱਕ ਮੈਨੂੰ ਮੈਂ ਭਾਵਦਾ ਆ ਕਿ ਇਹਦੇ ਵਿੱਚ ਐਤਕੀ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਆ ਉਹ ਇਕੱਠੀਆਂ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਗੀਆਂ। ਆਖਰੀ ਸਵਾਲ ਪ੍ਰਧਾਨ ਸਾਹਿਬ, ਦੁਨੀਆ ਭਰ 'ਚ ਬੈਠੇ ਪੰਜਾਬੀ ਸਿੱਖ ਭਾਈਚਾਰਾ ਤੁਹਾਨੂੰ ਸੁਣ ਰਿਹਾ, ਦੇਖ ਰਿਹਾ, ਕੀ ਸੁਨੇਹਾ ਦੇਣਾ ਚਾਹੋਗੇ ਪੰਥਕ ਮੁੱਦਿਆਂ 'ਤੇ ਅਤੇ ਪੰਥ ਦੇ ਹਿੱਤਾਂ ਲਈ? ਦੇਖੋ ਸਿੱਧੂ ਸਾਹਿਬ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਲ੍ਹੇ ਧਰਤੀ 'ਤੇ ਅਵਤਾਰ ਧਾਰਿਆ ਸੀ ਅਤੇ ਸਤਿਗੁਰਾਂ ਨੇ ਉਸ ਵੇਲੇ ਧਰਮ ਬੜੇ ਸੀ, ਉਸ ਵੇਲੇ ਧਰਮ ਨੂੰ ਚਲਾਉਣ ਵਾਲੇ ਬੜੇ ਸੀ, ਪਰ ਉਹਨਾਂ ਦਾ ਸੀਗਾ ਸਮਾਜ ਨੂੰ ਪਾੜਨ ਦਾ ਅਤੇ ਇੱਕ ਜਿਹੜਾ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਰੱਖਣ ਦਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਗੁਰਸ਼ਬਦ ਬਖਸ਼ਿਸ਼ ਕਰਕੇ ਇੱਕ ਓਂਕਾਰ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਔਰ ਪਵਿੱਤਰ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇਕੱਲੇ ਸਿੱਖਾਂ ਦੇ ਨਹੀਂ, ਸਤਿਗੁਰੂ ਜੀ ਨੇ ਉਹਨਾਂ ਭਗਤਾਂ ਨੂੰ ਵੀ ਆਪਣੇ ਤੋਂ ਵੱਡਾ ਸਤਿਕਾਰ ਦਿੱਤਾ, ਉਹਨਾਂ ਭੱਟਾਂ ਨੂੰ ਵੀ ਸਤਿਕਾਰ ਦਿੱਤਾ। ਇਹ ਗੱਲ ਦਾ ਪ੍ਰਤੀਕ ਆ ਕਿ ਸਾਂਝੀ ਸਰਬਵਾਲਤਾ ਜਿਹੜੀ ਆ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਵਿੱਤਰ ਸਿਧਾਂਤ ਤੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹੜਾ ਸਿਧਾਂਤ ਸੀ ਇਹਨੂੰ ਪ੍ਰਗਟ ਕੀਤਾ ਪੰਜਾਂ ਦੇ ਰੂਪ ਦੇ ਵਿੱਚ ਅਤੇ ਗੁਰਦਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ। ਸੋ ਸਾਰੀ ਸਮੁੱਚੀ ਮੈਂ ਤਾਂ ਅਕਸਰ ਇਹ ਕਹਿੰਦਾ ਮਨੁੱਖਤਾ ਦੀ ਤਰਜਮਾਨੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਦੇ ਆ, ਸਿੱਖ ਬਾਣੀ ਦੇ ਬਾਣੇ ਦੇ ਧਾਰਨੀ ਹੋ ਜਾਣ, ਨਿਤਨੇਮ ਦੇ ਵਿੱਚ ਜੁੜ ਜਾਣ ਅਤੇ ਸਾਰੇ ਇਕੱਠੇ ਹੋ ਕੇ ਇੱਕ ਕੌਮ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ 'ਚ ਚਲੀ ਜਾਵੇ। ਫਿਰ ਕਿਸੇ ਕੋਲੋਂ ਕੋਈ ਡਰ ਭੈ ਤਾਂ ਖਾਲਸਾ ਕਦੇ ਖਾਂਦਾ ਨਹੀਂ, ਫਿਰ ਜਿਹੜੇ ਮਸਲੇ ਆ ਸਾਡੇ ਲੰਮੇ ਅਰਸਿਆਂ ਦੇ ਉਹ ਜਿਹੜੇ ਤਕਰੀਬਨ ਸਾਰੇ ਲਾਗੂ ਉਹ ਸਾਰੇ ਹੱਲ ਹੋ ਸਕਦੇ ਆ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ, ਤੁਸੀਂ ਆਪਣਾ ਇੰਨੇ ਅਰਜ਼ਮਿਆਂ 'ਚੋਂ ਸਮਾਂ ਦਿੱਤਾ। ਮੈਂ ਆਪਣੀ ਟੀਮ ਵੱਲੋਂ, ਆਪਣੇ ਦਰਸ਼ਕਾਂ ਵੱਲੋਂ ਹਮੇਸ਼ਾ ਧੰਨਵਾਦੀ ਰਹਾਂਗਾ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਸਾਡੇ ਚੈਨਲ ਦੇ ਜਿਹਨਾਂ ਮੁੱਦਿਆਂ ਬਾਰੇ ਚਰਚਾ ਕੀਤੀ ਹੈ, ਪੰਜਾਬ ਨਾਲ ਜੁੜੇ ਹੋਏ ਮੁੱਦੇ ਹੈ, ਕੇਂਦਰ ਨਾਲ ਜੁੜੇ ਹੋਏ ਮੁੱਦੇ ਹੈ, ਚਾਹੇ ਕੇਂਦਰ ਦੇ ਵਿੱਚ ਕਿਸੇ ਸਮੇਂ 'ਤੇ ਕਾਂਗਰਸ ਦੀ ਸਰਕਾਰ ਰਹੀ ਹੋਵੇ,
ਉਸ ਦਾ ਵਤੀਰਾ ਪੰਥਕ ਮਾਮਲਿਆਂ ਬਾਰੇ ਕਿਹੋ ਜਿਹਾ ਸੀ ਜਾਂ ਹੁਣ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦਾ ਵਤੀਰਾ ਪੰਥਕ ਮਾਮਲਿਆਂ ਬਾਰੇ ਕਿਹੋ ਜਿਹਾ, ਇਹਨਾਂ ਸਾਰੇ ਮਾਮਲਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਹ ਗੱਲ ਜ਼ਰੂਰ ਮੈਂ ਕਹਿਣੀ ਚਾਹਾਂਗਾ ਕਿ ਜਥੇਦਾਰ ਧਾਮੀ ਨੇ ਜਿਹੜਾ ਪੰਥ ਦੇ ਨਾਂ ਸੁਨੇਹਾ ਦਿੱਤਾ ਹੈ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦੂਜੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਹੈਗੀਆਂ ਉਹਨਾਂ ਸਰਕਾਰੀ ਦਖਲ ਦਾ ਮਾਮਲਾ ਹੋਵੇ, ਸਾਰੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਜੇ ਪੰਥ ਇੱਕ ਸ਼ਕਤੀ ਬਣ ਕੇ ਏਕਤਾ ਦੇ ਤੌਰ 'ਤੇ ਸਾਹਮਣੇ ਆਏਗਾ। ਇਸ ਲਈ ਜਥੇਦਾਰ ਧਾਮੀ ਨੇ ਸੱਦਾ ਦਿੱਤਾ ਪੰਥਕ ਧਿਰਾਂ ਨੂੰ ਕਿ ਆਓ ਇੱਕ ਪਲੇਟਫਾਰਮ 'ਤੇ ਇਕੱਠੇ ਹੋਈਏ ਅਤੇ ਸਿੱਖ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਰਲ ਕੇ ਜਿਹੜਾ ਹੈਗਾ ਉਪਰਾਲਾ ਕਰਿਆ ਜਾਵੇ। ਤੁਹਾਡੇ ਸਾਰਿਆਂ ਵੱਲੋਂ ਆਪਾਂ ਮੁੜ ਕੇ ਜਥੇਦਾਰ ਧਾਮੀ ਜੀ ਦੇ ਧੰਨਵਾਦੀ ਹਾਂ ਅਤੇ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਅਗਲੇ ਹਫ਼ਤਾ ਕਿਸੇ ਹੋਰ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ ਅਗਲੇ ਹਫ਼ਤੇ ਕਿਸੇ ਹੋਰ ਅਹਿਮ ਹਸਤੀ ਨਾਲ ਕਰਾਂਗੇ ਮੁਲਾਕਾਤ। ਸਤਿ ਸ਼੍ਰੀ ਅਕਾਲ।